26 जनवरी नूं दिल्ली च होण वाली किसानां दी आउटरिंग रोड ते ट्रैक्टर परेड नूं लैके पंजाब च वी किसान जथेबंदियां नूं भरवां हुंगारा मिल रहा है। उत्थे ही पंजाब दे पिंडां विच वी ट्रैक्टर रैलियां दी रिहर्सलां शुरू हो चुकियां हन। पटियाला दे ब्लाक भुनरहेड़ी पिंड बिंजल तों एक ट्रैक्टर रिहर्सल रैली दा आयोजन किया गया, जो कि पिंड बिंजल तों शुरू होके ओजा, महताबगढ़ अते रोशनपुर तों हुंदे होए हरियाणा दे कई पिंडां तों निकलदे वापस बिंजल आके समाप्त हुई, जिस विच किसान लखबीर सिंह ढिल्लो, महताबगढ़ सुखविंदर सिंह बिंजल, पलकार सिंह, अमरिंदर सिंह सरोया समेत वड्डी गिणती च किसान शामिल होए। इस रैली दी खास गल ए रही कि इस विच किसी भी सियासी पार्टी दे नेतावां नूं शामिल नहीं होण दित्ता गया। इस मौके किसानां नूं संबोधन करदे होए सुबेक सिंह ने कहा कि इह केवल किसानां दा ही अंदोलन नहीं रहा, बल्कि इह हुण इक जन अंदोलन बन चुका है ते सारे ही वर्ग दे लोकां नूं इस विच अपना बनदा योगदान पाउणा चाहीदा है। 40-50-100 ਜਿੰਨੇ ਵੀ ਟਰੈਕਟਰ ਆਪਣੇ ਇਕੱਠੇ ਹੋਣਗੇ, ਸਾਰਿਆਂ ਨੂੰ ਇਕੱਠੇ ਹੁੰਦਿਆਂ ਟਾਈਮ ਲੱਗਦਾ, ਇਸ ਕਰਕੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਇੱਕ ਬੰਦੇ ਨੇ ਆਪੋ ਆਪਣੇ ਆਪ ਨੂੰ ਸਿਪਾਹੀ ਸਮਝਣਾ ਕਿ ਮੈਂ ਸਿਪਾਹੀ ਹਾਂ ਇਸ ਮੋਰਚੇ ਦਾ, ਮੈਂ ਇਹਦੇ ਵਿੱਚ ਕੀ ਯੋਗਦਾਨ ਪਾ ਸਕਦਾ। ਸਾਰਿਆਂ ਨੇ ਇਕੱਠੇ ਹੋ ਕੇ ਆਪਣੇ ਆਪਣੇ ਭਰਾਵਾਂ ਨੂੰ ਆਪਣੇ ਘਰਾਂ ਦੇ ਵਿੱਚ, ਜਿਸ ਤਰ੍ਹਾਂ ਹੁਣ ਅਸੀਂ ਮੇਰੇ ਵੀਰ ਇੱਥੇ ਬਾਹਰਲੇ ਪਿੰਡਾਂ ਤੋਂ ਵੀ ਆਏ ਨੇ, ਮੈਂ ਆਪਣੀ ਇੱਕ ਗੱਲ ਦੱਸਣਾ ਚਾਹੁੰਦਾ। ਅਸੀਂ ਇੱਕ ਕਾਲ ਤੇ ਇਕੱਠ ਕੀਤਾ ਪਿੰਡ ਦੇ ਵਿੱਚ, ਸਰਪੰਚ ਲੰਬੜਦਾਰ ਦੀ ਹਾਜ਼ਰੀ ਦੇ ਵਿੱਚ ਪਤਵੰਤ ਤੇ ਸੱਜਣ ਇਕੱਠੇ ਕੀਤੇ, ਇੱਕ ਮਿੰਟ ਨਹੀਂ ਲਾਇਆ, 100 ਰੁਪਏ ਕਿੱਲਾ ਲਾਇਆ, ਸਾਰੇ ਬੰਦਿਆਂ ਨੇ ਉਗਰਾਈ ਦਿੱਤੀ ਮਿੰਟੋ ਮਿੰਟ। 40-50-100 ਜਿੰਨੇ ਵੀ ਟਰੈਕਟਰ ਆਪਣੇ ਇਕੱਠੇ ਹੋਣਗੇ, ਸਾਰਿਆਂ ਨੂੰ ਇਕੱਠੇ ਹੁੰਦਿਆਂ ਟਾਈਮ ਲੱਗਦਾ, ਇਸ ਕਰਕੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਇੱਕ ਬੰਦੇ ਨੇ ਆਪੋ ਆਪਣੇ ਆਪ ਨੂੰ ਸਿਪਾਹੀ ਸਮਝਣਾ ਕਿ ਮੈਂ ਸਿਪਾਹੀ ਹਾਂ ਇਸ ਮੋਰਚੇ ਦਾ, ਮੈਂ ਇਹਦੇ ਵਿੱਚ ਕੀ ਯੋਗਦਾਨ ਪਾ ਸਕਦਾ। ਸਾਰਿਆਂ ਨੇ ਇਕੱਠੇ ਹੋ ਕੇ ਆਪਣੇ ਆਪਣੇ ਭਰਾਵਾਂ ਨੂੰ ਆਪਣੇ ਘਰਾਂ ਦੇ ਵਿੱਚ, ਜਿਸ ਤਰ੍ਹਾਂ ਹੁਣ ਅਸੀਂ ਮੇਰੇ ਵੀਰ ਇੱਥੇ ਬਾਹਰਲੇ ਪਿੰਡਾਂ ਤੋਂ ਵੀ ਆਏ ਨੇ, ਮੈਂ ਆਪਣੀ ਇੱਕ ਗੱਲ ਦੱਸਣਾ ਚਾਹੁੰਦਾ। ਅਸੀਂ ਇੱਕ ਕਾਲ ਤੇ ਇਕੱਠ ਕੀਤਾ ਪਿੰਡ ਦੇ ਵਿੱਚ, ਸਰਪੰਚ ਲੰਬੜਦਾਰ ਦੀ ਹਾਜ਼ਰੀ ਦੇ ਵਿੱਚ ਪਤਵੰਤ ਤੇ ਸੱਜਣ ਇਕੱਠੇ ਕੀਤੇ, ਇੱਕ ਮਿੰਟ ਨਹੀਂ ਲਾਇਆ, 100 ਰੁਪਏ ਕਿੱਲਾ ਲਾਇਆ, ਸਾਰੇ ਬੰਦਿਆਂ ਨੇ ਉਗਰਾਈ ਦਿੱਤੀ ਮਿੰਟੋ ਮਿੰਟੀ।